1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਪੌਲ ਬੰਗਸ਼ ਵਿੱਚ ਤਿੰਨ ਸਿੱਖਾਂ ਦਾ ਕਤਲੇਆਮ ਕਰਨ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕੇਸ ਦੀ ਅੱਜ ਐਡੀਸ਼ਨਲ ਸੈਸ਼ਨ 'ਚ ਜੱਜ ਜਸਟਿਸ ਵਿਨੀ ਗੁਪਤਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਇਸ ਮੌਕੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋਂ ਦੀ ਅਗਵਾਈ ਵਿੱਚ ਕਮੇਟੀ ਦੀ ਟੀਮ ਅਦਾਲਤ ਵਿੱਚ ਸੁਣਵਾਈ ਲਈ ਪਹੁੰਚੀ। ਸੁਣਵਾਈ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਲੋਂ ਅਤੇ ਆਤਮਾ ਸਿੰਘ ਲੁਬਾਣਾ ਨੇ ਦੱਸਿਆ ਕਿ ਅੱਜ ਐਡੀਸ਼ਨਲ ਸੈਸ਼ਨ 'ਚ ਜੱਜ ਜਸਟਿਸ ਵਿਨੀ ਗੁਪਤਾ ਦੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ ਹੈ, ਜਿਸ ਦੌਰਾਨ ਮਨਜੋਗ ਜੱਜ ਨੇ ਦੱਸਿਆ ਕਿ ਉਹਨਾਂ ਕੋਲ ਫਾਈਲ ਕੁਝ ਸਮਾਂ ਪਹਿਲਾਂ ਹੀ ਪਹੁੰਚੀ ਹੈ ਅਤੇ ਜਿਸ ਨੂੰ ਉਹਨਾਂ ਨੇ ਹਾਲੇ ਪੜ੍ਹਨਾ ਹੈ। ਉਹਨਾਂ ਕਿਹਾ ਕਿ ਹੁਣ ਮਾਮਲੇ ਦੀ ਅਗਲੀ ਸੁਣਵਾਈ 30 ਜੂਨ ਨੂੰ ਹੋਵੇਗੀ। ਅੱਜ ਐਡੀਸ਼ਨਲ ਚੀਫ ਮੈਜਿਸਟਰੇਟ ਜਿਹੜੀ ਵਿਧੀ ਗੁਪਤਾ ਜੀ ਹੈ, ਉਹਨਾਂ ਦੇ ਕੋਰਟ ਦੇ ਵਿੱਚ ਜਿਹੜਾ ਕੇਸ ਲੱਗਿਆ ਸੀ, ਔਰ ਜਿਸ ਤਰ੍ਹਾਂ ਕਿ ਪਤਾ ਚੱਲਿਆ, ਉਹਨਾਂ ਨੇ ਗੱਲ ਕੀਤੀ ਹੈ ਕਿ 10 ਤੋਂ 15 ਮਿੰਟ ਪਹਿਲੇ ਉਹਨਾਂ ਨੂੰ ਫਾਈਲ ਮਿਲੀ ਹੈ, ਔਰ ਇਹਦੇ ਕਰਕੇ ਉਹਨਾਂ ਨੇ ਹਲੇ ਤੱਕ ਪੂਰੇ ਕੇਸ ਦੀ ਸਟੱਡੀ ਨਹੀਂ ਕੀਤੀ। ਸੋ ਇਹਦੀ ਜਿਹੜੀ ਅਗਲੀ ਡੇਟ ਹੈ ਉਹ 30 ਜੂਨ ਨੂੰ ਪਾ ਦਿੱਤੀ ਗਈ ਹੈ, ਔਰ ਦੁਪਹਿਰੀ 2 ਵਜੇ। ਔਰ ਇਹਦੇ ਉੱਤੇ ਜਿਹੜੀ ਵੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਜਿਹੜੀ ਹੈ ਉੱਥੇ ਪਹੁੰਚੀ ਹੈ ਸਾਡੇ ਨਾਲ, ਉਹ ਪਰਿਵਾਰ ਨੇ ਜਿਹੜੇ ਇਹਦੇ 'ਚ ਇਫੈਕਟਿਡ ਸੀ, ਸਾਰਿਆਂ ਨੇ ਇਸ ਗੱਲ ਦੇ ਉੱਤੇ ਪੂਰਾ ਜ਼ੋਰ ਪਾ ਕੇ ਰੱਖਿਆ ਹੋਇਆ, ਔਰ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਮੇਨਟੇਨ ਕੀਤਾ ਕਿ ਇਸ ਕਾਤਿਲ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏ। ਸੋ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀ 30 ਜੂਨ ਨੂੰ ਇਹਨੂੰ ਅਰੈਸਟ ਦੇ ਉੱਤੇ ਵਾਰੰਟ ਕੱਢੇ ਜਾਣ। ਬਿਲਕੁਲ ਬਿਲਕੁਲ, ਜੇਲ੍ਹ ਦੇ ਪਿੱਛੇ ਕੀ ਜਾਏਗਾ, ਸਾਨੂੰ ਪੂਰੀ ਉਮੀਦ ਹੈ ਜੇ ਫਾਂਸੀ ਦੀ ਸਜ਼ਾ ਨਹੀਂ ਹੋਏਗੀ ਤਾਂ ਉਮਰ ਕੈਦ ਦੀ ਜ਼ਰੂਰ ਸਜ਼ਾ ਉਹਨੂੰ ਮਿਲੇਗੀ। ਬੀਬੀ ਹਰਪਾਲ ਕੌਰ ਦੇ ਮਾਮਲੇ 'ਚ ਜਿਹੜੀ ਵਿਟਨੈਸ ਹੈਗੀ ਹੈ ਉਹਦੇ 164 ਦੇ ਬਿਆਨ 29 ਮਾਰਚ ਨੂੰ ਹੋਏ ਸੀਗੇ, ਔਰ 20 ਮਈ ਨੂੰ ਚਾਰਜਸ਼ੀਟ ਫਾਈਲ ਹੋ ਕੇ ਕੋਰਟ 'ਚ ਹੋਈ ਸੀਗੀ, ਔਰ ਪਿਛਲੇ ਜੱਜ ਨੇ ਐਸੀਐਮ ਵਿਧੀ ਗੁਪਤਾ ਆਨੰਦ ਦੀ ਕੋਰਟ ਵਿੱਚ ਟ੍ਰਾਂਸਫਰ ਕੀਤਾ ਹੈਗਾ, ਉਹਨੇ ਫਾਈਲ ਨਹੀਂ ਪੜ੍ਹੀ, ਇਸ ਕਰਕੇ 30 ਜੂਨ ਦੀ ਡੇਟ ਪੈ ਗਈ ਹੈ, ਔਰ ਇਸ ਵਿੱਚ ਜਿੰਨੇ ਵੀ ਸੈਕਸ਼ਨ ਲੱਗੇ ਨੇ ਉਹ ਸਾਰੇ ਹੀ ਦੰਗਾ ਫਸਾਦ 302 ਸਾਰੇ ਹੀ ਹੈਗੇ ਨੇ, ਔਰ ਉਹਦੇ ਵਿੱਚ ਜਿਹੜਾ ਟਾਈਟਲਰ ਹੈ ਉਹ ਜੇਲ੍ਹ 'ਚ ਜਾਏਗਾ, ਉਮਰ ਭਰ ਜਾਏਗਾ ਜਾਂ ਫਾਂਸੀ ਦੀ ਸਜ਼ਾ ਹੋਏਗੀ, ਉਹ ਬਚ ਹੀ ਨਹੀਂ ਸਕਦਾ, ਔਰ ਆਉਣ ਵਾਲੇ ਦਿਨਾਂ 'ਚ ਇਹਦੀ ਅਰੈਸਟ ਸੁਨਿਸ਼ਚਿਤ ਹੈ। ਸੋ ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਜਿਹੜਾ ਹੈਗਾ ਬਹੁਤ ਹੀ ਜ਼ੋਰ ਸ਼ੋਰ ਨਾਲ ਲੜ ਰਹੀ ਹੈ, ਔਰ ਇਹਦੇ ਵਿੱਚ ਜੋ ਵੀ ਵਕੀਲ ਸਾਨੂੰ ਚਾਹੀਦਾ ਹੈਗਾ ਉਹ ਅਸੀਂ ਪੇਸ਼ ਕਰਾਂਗੇ। ਜਗਦੀਸ਼ ਟਾਈਟਲਰ ਜਿਸ ਦੇ ਖਿਲਾਫ FIR ਦਰਜ ਹੈ, ਪੁੱਲ ਬੰਗਸ਼ ਗੁਰਦੁਆਰਾ ਜਿੱਥੇ 3 ਸਿੱਖਾਂ ਦਾ ਕਤਲ ਕੀਤਾ ਗਿਆ 1 ਨਵੰਬਰ ਨੂੰ, ਉਸ ਮੌਬ ਨੂੰ ਜਗਦੀਸ਼ ਟਾਈਟਲਰ ਲੀਡ ਕਰ ਰਿਹਾ ਸੀ, ਔਰ ਇਹ ਲਗਾਤਾਰ ਪਿਛਲੇ 39 ਸਾਲਾਂ ਤੋਂ ਕਾਰਵਾਈ ਜਿਹੜੀ ਚੱਲਦੀ ਆ ਰਹੀ ਹੈ। CBI ਇਸ ਨੂੰ ਵਾਰ ਵਾਰ ਕਲੋਜ਼ਰ ਰਿਪੋਰਟ ਫਾਈਲ ਕਰ ਦਿੰਦੀ ਸੀ, ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਟੀਮ ਨੇ ਜਦ ਇਸ ਦੀ CBI ਦੇ ਕੋਲੋਂ ਦੁਬਾਰਾ ਇਨਕੁਆਇਰੀ ਹੋਈ, ਰੀ ਇਨਵੈਸਟੀਗੇਸ਼ਨ ਹੋਈ, ਅਸੀਂ ਉਸ ਦੇ ਵਿੱਚ ਸਾਰਾ ਕੋਪਰੇਸ਼ਨ ਕੀਤਾ, ਸਾਡੀ ਜੋ ਗਵਾਹ ਸੀ ਅਸੀਂ ਗਵਾਹਾਂ ਨੂੰ ਮਹਿਫੂਜ਼ ਕੀਤਾ, ਉਹਨਾਂ ਦਾ ਜਿਹੜਾ ਡਰ ਸੀ ਉਹਨਾਂ ਨੂੰ ਸਿਕਿਉਰਿਟੀ ਦਾ ਖਤਰਾ ਸੀ, ਇਸ ਕਰਕੇ ਉਹ ਅੱਗੇ ਨਹੀਂ ਆ ਰਹੇ ਸੀ, ਉਹਨਾਂ ਨੂੰ ਅੱਗੇ ਲੈ ਕੇ ਆਉਂਦਾ। ਫਿਰ ਅਸੀਂ 164 ਦੇ ਗਵਾਹਾਂ ਦੇ ਬਿਆਨ ਕਰਾਏ, ਅਸੀਂ ਐਪਲੀਕੇਸ਼ਨ ਦਿੱਤੀ, ਔਰ ਉਸ ਬੇਸ ਦੇ ਉੱਤੇ ਜਿਹੜੀ ਆ CBI ਨੇ ਹੁਣ ਪੂਰੀ ਇਨਵੈਸਟੀਗੇਸ਼ਨ ਕਰਕੇ ਚਾਰਜਸ਼ੀਟ ਫਾਈਲ ਕੀਤੀ ਸੀ। ਉਹ ਚਾਰਜਸ਼ੀਟ ਫਾਈਲ ਹੋ ਕੇ, ਕਿਉਂਕਿ ਉਹ ਐਡੀਸ਼ਨਲ ਸੈਸ਼ਨ ਜੱਜ ਦੇ ਕੋਲ ਉਸ ਦੀ ਅੱਗੇ ਜਿਹੜੀ ਕਾਰਵਾਈ ਜਿਹੜੀ ਟ੍ਰਾਇਲ ਹੋਣੀ ਆ ਉਹ ਫਾਈਲ ਮੂਵ ਹੋਈ ਸੀ, ਲੇਕਿਨ ਕਿਉਂਕਿ ਜੱਜ ਸਾਹਿਬ ਨੇ ਉਹ ਫਾਈਲ ਅੱਜ ਹੀ ਉਹਨਾਂ ਨੂੰ ਥੋੜ੍ਹੀ ਟਾਈਮ ਪਹਿਲਾਂ ਮਿਲੀ, ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਸਟੱਡੀ ਨਹੀਂ ਕਰ ਸਕੀ ਅੱਜ ਪੂਰੀ ਫਾਈਲ ਦੀ। ਅਗਲੀ ਡੇਟ 30 ਜੂਨ ਦਿੱਤੀ ਹੈ, 30 ਜੂਨ ਨੂੰ ਸਟੱਡੀ ਕਰਕੇ ਡਿਟੇਲ ਦੇ ਵਿੱਚ, ਔਰ ਫਿਰ ਉਸ ਦੇ ਬਾਅਦ ਅਗਲੀ ਜਿਹੜੀ ਕਾਰਵਾਈ ਆ ਉਹ ਹੋਏਗੀ, ਅਸੀਂ ਪ੍ਰੈਸ ਕਰਾਂਗੇ ਕਿ ਜਗਦੀਸ਼ ਟਾਈਟਲਰ ਦੇ ਖਿਲਾਫ਼ ਵਾਰੰਟ ਇਸ਼ੂ ਹੋਣ, ਉਹ ਅਰੈਸਟ ਹੋਏ, ਕਿਉਂਕਿ ਉਸ ਨੇ 39 ਸਾਲਾਂ ਤੋਂ ਖੂਬ ਜਿਹੜੇ ਆ ਐਸ਼ੋ ਆਰਾਮ ਕਰ ਲਿਆ, ਸੋ ਹੁਣ ਉਹ ਸਲਾਖਾਂ ਦੇ ਪਿੱਛੇ ਜਾਏ, ਇਹ ਅਸੀਂ ਸੁਨਿਸ਼ਚਿਤ ਕਰਾਂਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ